मेरी भैन व्याह वाली रात घर तो भज गई। पापा ने उस दे व्याह दा सारा समान उपर वाले कमरे विच रखवा दिता। जिंदा ला के बोले, जे किसे ने इस कमरे नू खोलिया ता मेरा मरे हुए दा मुंह देखेगा। ता साडा सारा परिवार डर गया। कई सालां तक कोई भी उस कमरे विच नहीं गया। एक रात पापा नू दुध दा गिलास उस कमरे विच लजांदे हुए देखिया ता मैं छुप के पिछे गई। जिवे ही मैं कमरे के अंदर झाती मारी तो मेरे पैरां दे थलों जमीन निकल गई। मेरी जिंदगी बड़े अजीब तरीके नाल गुजर रही सी, क्योंकि मैनू किसी होर दी कीती हुई गलती दी कर्ज चुकाउणी पै रही सी। असी तीन भैन भरा हैं, दो भैणां ते एक छोटा भरा। वड्डी भैण बहुत ही सुलझी हुई ते खूबसूरत सी, पापा दीआं अखां दा तारा सी ओह। मैनू अपनी भैन नाल बहुत प्यार सी, इसलिए उहदे वर्गा ही बनना चाहुंदी सी। जे उह कोई भी काम करदी तां मैं उहदी रीस करदी। जो भी उह खाना बनाउंदी पापा उसकी तारीफ करदे ते फिर मैं भी खाना बनाउण लग जांदी। मेरी सब तों वड्डी गलती सी कि पापा अक्सर मेरी भैन नूं, बेटा तूं हमेशा ही संभल के अपने कदम पुटने, क्योंकि तेरे छोटे भैन भरा तेरे ते ही नकल करदे आ। वैसे राणी दीदी तां बहुत गलती कर ही नहीं सकती सी, पर वक्त ने उसका साथ ना दिता कि इस ए सब दा वहम सी। दीदी तां भी एक इंसान ही सी ना, इंसान। राणी चंगी तरह तैयार हो जाना, अज मुंडे वाले तैनू देखण आ रहे हन। भैन मम्मी नू सिकवा करदे हुए कहण लगे, मम्मी जी मैनू पापे तो इस तरह दी फैसले दी बिल्कुल भी उम्मीद नहीं सी। तां मम्मी चौंक पई। उन्होंने राणी दा हाथ फड़ लिया ते कहण लगी, मेरी बच्ची दस कि तैनू कोई होर पसंद है जां फिर तू किसी होर नाल विआह करन दा वादा कीता है। मैं तैनू इस गल दा यकीन दवाउंदी हां कि तेरी पसंद चंगी होई तां मैं तेरा विआह उत्थे ही करवा देवांगी जिथे तू कहेंगी। भैण ने ना दे विच सिर हिला दिता ते बोली, नहीं मम्मी अजिहा कोई हल नहीं है। पर फिर भी मेरे दिल नूं अजीबो गरीब सोचां ने घेर लिया सी कि इदां लग रिहा सी कि इह विआह मेरे लई खुशियां लै के नहीं आवेगा। इह विआह मेरे मुकद्दर दी बर्बादी बन जावेगा। मम्मी दा दीदी दी इह गल सुण के ही तड़फ उठी। मम्मी बोली, अजिहियां गल्लां करन तों पहलां ਇਹ ਨਹੀਂ ਸੋਚਿਆ ਕਿ ਮਾਂ ਦੇ ਦਿਲ 'ਤੇ ਕੀ ਗੁਜਰੇਗੀ। ਉਹ ਲੋਕ ਦੀਦੀ ਨੂੰ ਦੇਖਣ ਲਈ ਆ ਗਏ। ਉਹਨਾਂ ਨੇ ਇੱਕ ਬੁੱਢੀ ਔਰਤ ਸੀ ਅਤੇ ਇੱਕ ਜਵਾਨ ਕੁੜੀ ਸੀ। ਉਹਨਾਂ ਨੇ ਦੱਸਿਆ ਕਿ ਮੁੰਡੇ ਦੀ ਮਾਂ ਤਾਂ ਕੋਮਾ 'ਚ ਹੈ, ਇਸ ਕਰਕੇ ਮੁੰਡੇ ਦੀ ਭੈਣ ਅਤੇ ਦੀਦੀ ਆਏ ਹੋਏ ਹਨ। ਮੰਮੀ ਰਾਣੀ ਨੂੰ ਲੈ ਕੇ ਆਪਣੇ ਨਾਲ ਕੋਲ ਲੈ ਗਈ। ਮੁੰਡੇ ਦੀ ਦਾਦੀ ਨੇ ਦੀਦੀ ਨੂੰ ਬਹੁਤ ਪਿਆਰ ਕੀਤਾ। ਉਹ ਕੁੜੀ ਵੀ ਬਹੁਤ ਚੰਗੀ ਲੱਗ ਰਹੀ ਸੀ। ਉਹਨੇ ਤਾਂ ਹੁਣ ਤੋਂ ਹੀ ਰਾਣੀ ਨੂੰ ਭਾਬੀ ਕਹਿਣਾ ਸ਼ੁਰੂ ਕਰ ਦਿੱਤਾ। ਜਾਂਦੇ ਹੋਏ ਮੁੰਡੇ ਦੀ ਦੀਦੀ ਅਤੇ ਭੈਣ ਦੇ ਹੱਥ 'ਚ ਭੈਣ ਦੀਦੀ ਦੇ ਹੱਥ 'ਚ ਪੈਸੇ ਰੱਖ ਗਈ। ਸੱਚ ਕਹਾਂ ਤਾਂ ਰਾਣੀ ਮੇਰੇ ਦਿਲ ਦਿਓ ਬੜੀ ਤਸੱਲੀ ਜਿਹੀ ਮਿਲ ਗਈ। ਤੁਸੀਂ ਦੱਸੋ ਰਾਣੀ ਤੁਹਾਡੀ ਕੀ ਰਾਏ ਆ? ਦੀਦੀ ਜਿਵੇਂ ਸ਼ਰਮ ਦੇ ਮਾਰੇ ਲਾਲ ਹੋਈ ਜਾ ਰਹੀ ਸੀ। ਦੀਦੀ ਬੋਲੀ ਕਿ ਮੰਮੀ ਮੈਨੂੰ ਇਸ ਰਸਤੇ ਤੋਂ ਕੋਈ ਇਤਰਾਜ਼ ਨਹੀਂ ਆ। ਫਿਰ ਤਾਂ ਜਿਵੇਂ ਸਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਹੀ ਬਣ ਗਿਆ, ਪਰ ਕੋਈ ਨਹੀਂ ਸੀ ਜਾਣਦਾ ਕਿ ਇਹ ਖੁਸ਼ੀਆਂ ਛੇਤੀ ਹੀ ਗਮ ਵਿੱਚ ਬਦਲ ਜਾਣਗੀਆਂ। ਸਭ ਕੁਝ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਸੀ, ਕੁਝ ਵੀ ਤਾਂ ਗੜਬੜ ਨਹੀਂ ਸੀ। ਦੀਦੀ ਵੀ ਖੁਸ਼ੀ ਖੁਸ਼ੀ ਹਰ ਚੀਜ਼ 'ਚ ਹਿੱਸਾ ਲੈ ਰਹੀ ਸੀ। ਉਹ ਆਪਣੀ ਹਰ ਚੀਜ਼ ਆਪਣੇ ਬੈਗ 'ਚ ਰੱਖ ਰਹੀ ਸੀ। ਆਪਣੇ ਜੁੱਤੇ ਅਤੇ ਬਾਕੀ ਹੋਰ ਸਮਾਨ ਵੀ ਭੈਣ ਦੀ ਖੁਦ ਹੀ ਪਸੰਦ ਕੀਤਾ ਸੀ। ਸਿਰਫ ਇੰਨਾ ਹੀ ਨਹੀਂ ਸੀ ਕਿ ਬਲਕਾ ਬਰਾਤ ਲਈ ਤਿਆਰ ਹੋਣ ਲਈ ਪਾਰਲਰ ਵੀ ਆਪਣੀ ਮਰਜ਼ੀ ਨਾਲ ਹੀ ਚੁਣਿਆ ਸੀ। ਸਭ ਕੁਝ ਚੰਗਾ ਭਲਾ ਚੱਲ ਰਿਹਾ ਸੀ। ਕਿਸੇ ਦੇ ਵੀ ਦਿਮਾਗ 'ਚ ਇਹ ਅਨੁਮਾਨ ਨਹੀਂ ਸੀ ਕਿ ਦੀਦੀ ਆਪਣੇ ਮਨ ਵਿੱਚ ਕੀ ਠਾਣ ਕੇ ਬੈਠੀ ਹੈ। ਸਾਰੇ ਘਰ ਵਾਲੇ ਬਹੁਤ ਖੁਸ਼ ਸਨ। ਤਾਂ ਮੈਂ ਹਰ ਹਫ਼ਤਾ ਪਹਿਲਾਂ ਹੀ ਢੋਲਕੀ ਦਾ ਇੰਤਜ਼ਾਮ ਕਰ ਲਿਆ ਸੀ। ਮੰਮੀ ਨੇ ਮੈਨੂੰ ਮਨਵਾ ਲਿਆ ਸੀ ਕਿ ਵਿਆਹ 'ਤੇ ਇੰਨੇ ਦਿਨ ਪਹਿਲਾਂ ਢੋਲਕੀ ਨਹੀਂ ਵਜਾਈ ਜਾਂਦੀ, ਪਰ ਮੈਂ ਕਿੱਥੇ ਮੰਨਣ ਵਾਲੀ ਸੀ। ਢੋਲਕੀ ਤਾਂ ਅਸੀਂ ਬਹੁਤ ਵਜਾਈ ਅਤੇ ਦੀਦੀ ਵੀ ਬਹੁਤ ਇੰਜੋਏ ਕਰਦੀ ਸੀ। ਬਲਕਿ ਅਸੀਂ ਆਪਣੀ ਫਰਮਾਇਸ਼ ਦੇ ਆਪਣੇ ਮਰਜ਼ੀ ਦੇ ਗਾਣੇ ਵੀ ਗਾਇਆ ਕਰਦੀਆਂ ਸੀ। ਖੈਰ ਵਕਤ ਗੁਜ਼ਰਦਾ ਗਿਆ
ਭੈਣ ਦੇ ਵਿਆਹ ਦਾ ਵਾਲਾ ਦਿਨ ਆ ਗਿਆ। ਦੀਦੀ ਬਹੁਤ ਮਹਿੰਗੇ ਪਾਰਲਰ 'ਤੇ ਤਿਆਰ ਹੋਣ ਲਈ ਗਈ ਸੀ। ਉਸ ਨੇ ਆਪਣਾ ਪਸੰਦੀਦਾ ਗਹਿਣਾ ਪਾਇਆ ਹੋਇਆ ਸੀ। ਥੋੜ੍ਹੀ ਦੇਰ ਬਾਅਦ ਬਰਾਤ ਵੀ ਆ ਗਈ। ਲਾੜੇ ਨੂੰ ਵੇਖ ਕੇ ਮੇਰੇ ਮੂੰਹ ਤਾਂ ਖੁੱਲ੍ਹਾ ਖੁੱਲ੍ਹਾ ਹੀ ਰਹਿ ਗਿਆ ਸੀ, ਕਿਉਂਕਿ ਲਾੜਾ ਤਾਂ ਬਹੁਤ ਹੀ ਸੋਹਣਾ ਅਤੇ ਸੁਨੱਖਾ ਹੈਂਡਸਮ ਬੋਏ ਸੀ। ਤਾਂ ਸੋਚਿਆ ਕਿ ਜਾ ਕੇ ਦੀਦੀ ਨੂੰ ਦੱਸਦੀ ਹਾਂ ਕਿ ਤੁਹਾਡੀ ਕਿਸਮਤ 'ਚ ਤਾਂ ਸਹਿਜਾਦਾ ਹੀ ਲਿਖਿਆ ਸੀ। ਮੈਂ ਭੱਜ ਕੇ ਆਪਣੇ ਕਮਰੇ ਵਿੱਚ ਗਈ, ਪਰ ਮੇਰੀ ਭੈਣ ਉੱਥੇ ਨਹੀਂ ਸੀ। ਮੈਂ ਹੈਰਾਨ ਸੀ ਕਿ ਹੁਣ ਤਾਂ ਮੈਂ ਦੀਦੀ ਨੂੰ ਉੱਥੇ ਛੱਡ ਕੇ ਆਈ ਸੀ ਅਤੇ ਹੁਣ ਉਹ ਕਿੱਥੇ ਚਲੀ ਗਈ। ਭੈਣ ਨੂੰ ਲੱਭਦੇ ਲੱਭਦੇ ਮੰਮੀ ਦੇ ਕਮਰੇ ਵਿੱਚ ਗਈ, ਫਿਰ ਖਾਲੀ, ਉਹ ਵੀ ਖਾਲੀ ਪਿਆ ਸੀ। ਫਿਰ ਫਿਕਰ ਹੋਰ ਜ਼ਿਆਦਾ ਵੱਧ ਗਈ। ਮੈਂ ਛੇਤੀ ਬਾਹਰ ਆਈ, ਮੰਮੀ ਨੂੰ ਲੱਭਣ ਲੱਗੀ। ਮੰਮੀ ਮਹਿਮਾਨਾਂ ਦੀ ਖਾਤਰਦਾਰੀ 'ਚ ਲੱਗੀ ਹੋਈ ਸੀ। ਮੈਂ ਮੰਮੀ ਦਾ ਹੱਥ ਫੜ ਕੇ ਇੱਕ ਨੁੱਕਰ 'ਤੇ ਲੈ ਗਈ ਅਤੇ ਕਿਹਾ, ਮੰਮੀ ਰਾਣੀ ਦੀਦੀ ਕਿੱਥੇ ਹੈ? ਮੰਮੀ ਬੋਲੀ, ਆਪਣੇ ਕਮਰੇ ਵਿੱਚ ਹੋਣੀ ਆ। ਮੈਂ ਕਿਹਾ, ਉਹ ਆਪਣੇ ਕਮਰੇ ਵਿੱਚ ਨਹੀਂ। ਮੰਮੀ ਆਪਣਾ ਹੱਥ ਛਡਾ ਕੇ ਬੋਲੀ, ਇੱਥੇ ਕਿਤੇ ਹੀ ਹੋਵੇਗੀ, ਪਿੱਛੇ ਹਟ, ਮੈਨੂੰ ਮਹਿਮਾਨਾਂ ਨਾਲ ਮਿਲਣ ਦਿਓ। ਉਹ ਇਸ ਅੰਦਾਜ਼ 'ਚ ਗੱਲਾਂ ਕਰ ਰਹੀ ਸੀ ਕਿ ਕੁਝ ਗਲਤ ਹੋਣ ਦਾ ਅੰਦੇਸ਼ਾ ਵੀ ਨਹੀਂ ਹੋਵੇ। ਤਾਂ ਮੈਂ ਮੰਮੀ ਦਾ ਹੱਥ ਫੜ ਕੇ ਝੜਕਦੇ ਹੋਏ ਕਿਹਾ, ਮੰਮੀ ਮੈਨੂੰ ਬਹੁਤ ਘਬਰਾਹਟ ਹੋ ਰਹੀ ਹੈ। ਮੰਮੀ ਵੀ ਚੌਂਕ ਗਈ ਸੀ ਕਿ ਮੰਮੀ ਮੇਰੇ ਨਾਲ ਆ ਗਈ ਅਤੇ ਅਸੀਂ ਦੋਵੇਂ ਦੀਦੀ ਨੂੰ ਲੱਭਣ ਲੱਗੀਆਂ। ਇਸ ਇੱਕ ਕਮਰੇ ਤੋਂ ਦੂਜੇ ਕਮਰੇ, ਤੀਜੇ ਕਮਰੇ, ਪਰ ਭੈਣ ਨਹੀਂ ਮਿਲੀ। ਮੰਮੀ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਜਦੋਂ ਲਾਵਾਂ ਦਾ ਟਾਈਮ ਹੋਇਆ ਤਾਂ ਕੁੜੀ ਲਈ ਸ਼ੋਰ ਮੱਚਣ ਲੱਗਿਆ। ਪਾਪਾ ਕਮਰੇ 'ਚ ਆਏ, ਉਹਨਾਂ ਦੀਆਂ ਅੱਖਾਂ ਵੀ ਲਾਲ ਹੋ ਗਈਆਂ ਸਨ। ਸ਼ਾਇਦ ਉਹਨਾਂ ਨੂੰ ਬੇਟੀ ਦੀ ਵਧਾਈ ਦਾ ਗਮ ਹੋ ਰਿਹਾ ਸੀ, ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਚਹੇਤੀ ਬੇਟੀ ਉਹਨਾਂ ਦੀ ਇੱਜ਼ਤ ਨੂੰ ਲੀਰੋ ਲੀਰ ਕਰਕੇ ਗਈ ਸੀ। ਪਾਪਾ ਕਹਿਣ ਲੱਗੇ ਕਿ ਛੇਤੀ ਕਰੋ, ਰਾਣੀ ਬੇਟੀ ਨੂੰ ਲੈ ਕੇ ਚੱਲੋ। ਉੱਥੇ ਸਭ ਇੰਤਜ਼ਾਰ ਕਰ ਰਹੇ ਸਨ। ਮੰਮੀ ਰੋਂਦੇ ਰੋਂਦੇ ਬੋਲੀ, ਜੀ ਰਾਣੀ ਨਹੀਂ ਮਿਲ ਰਹੀ। ਪਾਪਾ ਹੈਰਾਨ ਹੁੰਦੇ ਮੰਮੀ ਵੱਲ ਦੇਖਣ ਲੱਗੇ, ਬੋਲੇ, ਕੀ ਮਤਲਬ ਹੈ ਰਾਣੀ ਨਹੀਂ ਮਿਲ ਰਹੀ? ਇੱਥੇ ਕਿਤੇ ਹੀ ਹੋਵੇਗੀ। ਮੰਮੀ ਰੋਂਦੇ ਹੋਏ ਬੋਲੀ ਕਿ ਮੈਂ ਘਰ ਦਾ ਕੋਨਾ ਕੋਨਾ ਲੱਭ ਲਿਆ, ਨਹੀਂ ਮਿਲੀ। ਪਾਪਾ ਤਾਂ ਦਿਲ 'ਤੇ ਹੱਥ ਰੱਖ ਕੇ ਚੀਕਾਂ ਮਾਰ ਮਾਰ ਕੇ ਰੋਣ ਲੱਗੇ, ਕਮਲਾ ਹੁਣ ਤੱਕ ਤਾਂ ਮੇਰੀ ਇੱਜ਼ਤ ਮਿੱਟੀ 'ਚ ਮਿਲ ਜਾਵੇਗੀ, ਮੈਨੂੰ ਕੋਈ ਇਸ ਦੀ ਰਸਵਾਈ ਤੋਂ ਬਚਾ ਨਹੀਂ ਸਕਦਾ। ਤੈਨੂੰ ਕੀ ਦੱਸਾਂ, ਮੈਂ ਕੀ ਕਰਾਂ, ਲੋਕਾਂ ਨੂੰ ਕੀ ਕਵਾਂਗਾ, ਲੋਕਾਂ ਦਾ ਸਾਹਮਣਾ ਕਿਵੇਂ ਕਰ ਆਵਾਂਗਾ, ਬਰਾਤੀਆਂ ਨੂੰ ਜਾ ਕੇ ਕੀ ਕਵਾਂ, ਬਰਾਤ ਵਾਪਸ ਲੈ ਜਾਓ, ਕਿਉਂਕਿ ਮੇਰੀ ਬੇਟੀ ਨੇ ਮੇਰੀ ਇੱਜ਼ਤ ਨਿਲਾਮ ਕਰ ਦਿੱਤੀ ਆ। ਮੰਮੀ ਵੀ ਰੋਈ ਜਾ ਰਹੀ ਸੀ, ਫਿਰ ਬੋਲੀ, ਤੁਸੀਂ ਬਿਸਤਰ 'ਤੇ ਲੇਟ ਜਾਓ, ਮੈਂ ਕੋਈ ਬਹਾਨਾ ਲਾਉਂਦੀ ਹਾਂ ਕਿ ਅਚਾਨਕ ਮੇਰੇ ਪਤੀ ਦੀ ਤਬੀਅਤ ਖਰਾਬ ਹੋ ਗਈ ਹੈ, ਅਜਿਹੇ 'ਚ ਮੈਂ ਆਪਣੀ ਬੇਟੀ ਨੂੰ ਵਿਦਾ ਨਹੀਂ ਕਰ ਸਕਦੀ। ਪਾਪਾ ਬੋਲੇ, ਕਮਲਾ ਤੈਨੂੰ ਇੰਨਾ ਹੌਂਸਲਾ ਹੈ, ਤੂੰ ਇਹ ਕਰ ਸਕੇਂਗੀ? ਮੰਮੀ ਨੇ ਹੰਝੂ ਪੂੰਜੇ ਅਤੇ ਬੋਲੀ, ਤੇਰੀ ਇੱਜ਼ਤ ਬਚਾਉਣ ਲਈ ਕੁਝ ਵੀ ਕਰ ਸਕਦੀ ਹਾਂ। ਤਾਂ ਪਾਪਾ ਚੀਕ ਕੇ ਬੋਲੇ, ਕਾਸ਼ ਤੂੰ ਕੁੜੀਆਂ ਨੂੰ ਵੀ ਚੰਗੀ ਸਿੱਖਿਆ ਦਿੱਤੀ ਹੁੰਦੀ। ਮੰਮੀ ਨੇ ਸਭ ਦੇ ਸਾਹਮਣੇ ਜਾ ਕੇ ਕਹਿ ਦਿੱਤਾ ਕਿ ਮੇਰੇ ਪਤੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਹਾਲਾਤ ਬਹੁਤ ਖਰਾਬ ਹੈ, ਜੇ ਇਹ 'ਚ ਅਸੀਂ ਆਪਣੀ ਕੁੜੀ ਨੂੰ ਵਿਦਾ ਨਹੀਂ ਕਰ ਸਕਦੇ। ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਕਿ ਅੱਜ ਤੁਸੀਂ ਬਰਾਤ ਵਾਪਸ ਲੈ ਜਾਓ, ਫਿਰ ਕਿਸੇ ਦਿਨ ਆਪਣੀ ਅਮਾਨਤ ਨੂੰ ਵਿਆਹ ਕੇ ਲੈ ਜਾਣਾ। ਅਤੇ ਮੰਮੀ ਨੇ ਆ ਕੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਿਆ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਅਤੇ ਸਾਡੇ ਕੋਲ ਕੋਈ ਜਵਾਬ ਨਹੀਂ ਸੀ, ਇਸ ਲਈ ਸਾਰੇ ਇੱਕ ਹੀ ਕਮਰੇ ਵਿੱਚ ਦਬ ਕੇ ਬੈਠੇ ਸੀ। ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਰਾਣੀ ਦੀਦੀ ਅਜਿਹਾ ਕਰੇਗੀ। ਮੰਮੀ ਬੋਲੀ ਕਿ ਇਸ ਤਰ੍ਹਾਂ ਦਾ ਸੱਚਮੁੱਚ ਤੁਹਾਡੀ ਤਬੀਅਤ ਖਰਾਬ ਹੋ ਜਾਵੇਗੀ। ਪਾਪਾ ਬੋਲੇ, ਕੀ ਗੱਲ ਕਰ ਰਹੀ ਹੈ, ਜੇ ਤੈਨੂੰ ਇੰਨੀ ਫਿਕਰ ਹੁੰਦੀ ਤਾਂ ਆਪਣੇ ਕੁੜੀਆਂ 'ਤੇ ਲੰਗਾਬ ਕੱਸ ਕੇ ਨਾ ਰੱਖਦੀ। ਮੰਮੀ ਵਿਚਾਰੀ ਸ਼ਰਮਿੰਦੀ ਹੋ ਰਹੀ ਸੀ। ਪਾਪਾ ਨੇ ਸਾਰਾ ਸਮਾਨ ਛੱਤ ਵਾਲੇ ਕਮਰੇ 'ਚ ਸੁੱਟ ਕੇ ਉਸ ਨੂੰ ਜਿੰਦਾ ਲਾ ਦਿੱਤਾ ਅਤੇ ਬੋਲੇ, ਅੱਜ ਤੋਂ ਬਾਅਦ ਜੇ ਕੋਈ ਇਸ ਪਾਸੇ ਆਵੇਗਾ ਤਾਂ ਜੇਕਰ ਗਿਆ ਤਾਂ ਮੇਰੇ ਮਰੇ ਦਾ ਮੂੰਹ ਦੇਖੇਗਾ। ਉਸ ਤੋਂ ਬਾਅਦ ਸਾਡੇ ਘਰ 'ਚ ਇੱਕ ਦੂਜੇ ਤੋਂ ਨਜ਼ਰਾਂ ਚੁਰਾਉਣ ਦੇ ਤੋਂ ਮਜਬੂਰ ਸਨ। ਪਾਪਾ ਵੀ ਸਾਡੇ ਤੋਂ ਲੁੱਕ ਛਿਪ ਰੋਂਦੇ ਅਤੇ ਅਸੀਂ ਪਾਪੇ ਤੋਂ ਲੁੱਕ ਕੇ ਰੋਂਦੇ। ਜਦੋਂ ਥੱਲੇ ਆਉਂਦੇ ਤਾਂ ਬਹੁਤ ਥੱਕੇ ਹੋਏ ਲੱਗਦੇ, ਉਹਨਾਂ ਦੀਆਂ ਅੱਖਾਂ ਸੁਰਖ ਲਾਲ ਹੁੰਦੀਆਂ। ਮੰਮੀ ਕਹਿੰਦੀ ਕਿ ਤੇਰੇ ਪਾਪਾ ਸਾਡੇ ਤੋਂ ਛੁੱਪ ਛੁੱਪ ਕੇ ਛੱਤ 'ਤੇ ਜਾ ਕੇ ਰੋਂਦੇ ਆ। ਪਰ ਇੱਕ ਮਹੀਨੇ ਬਾਅਦ ਹੀ ਸਾਨੂੰ ਮੁੰਡੇ ਵਾਲਿਆਂ ਤੋਂ ਫੋਨ ਆ ਗਿਆ। ਅਰਜਨ ਦੀ ਦਾਦੀ ਕਹਿਣ ਲੱਗੀ ਕਿ ਇੰਨਾ ਟਾਈਮ ਹੋ ਗਿਆ ਤੁਹਾਡੇ ਨਾਲ ਗੱਲ ਨਹੀਂ ਕੀਤੀ,
क्योंकि असी तुहाडे तो नाराज़ सी क्योंकि तुसी बरात नूं खाली वापस मोड़ दिता। पर हुण ठंडे दिमाग नाल सोचिया ते लग्या कि शायद तुहाडी कोई मजबूरी होवेगी। यह भी हो सकता है कि तुहाडी वड्डी कुड़ी ने विआह तो इनकार कर दिता ते तुसी तुहाडी इज्जत बचाउण लई बेटे की बीमारी का बहाना बना लिया होना है। जेकर अजिही कोई गल है तो सानू उस तो भी कोई इतराज़ नहीं है। जे तुहानू चंगा लगे तो बेटे दे नाल सलाह मशवरा करके सानू छोटी कुड़ी का रस्ता दे दिओ, क्योंकि साढ़े मुंडे लई कोई रस्ते कई रस्ते आए हैं पर सानू कोई पसंद ही नहीं आया, क्योंकि उन्हां विच तुहाडे बच्चियां वर्गी कोई गल ही नहीं है ते नाल ही तुहाडा खानदान भी सानू बहुत चंगा लग्या। इस लई असीं चाहुंदे हां कि किसे ना किसे तरह तुहाडे नाल सारी रिश्तेदारी हो जावे। मम्मी कहन लगी ठीक है, मैं उन्हां नाल सलाह करके तुहानू दस देवांगी। ते मम्मी ने फोन बंद कर दिता ते मैनू कहा